ਇਸ ਤੋਂ ਇਲਾਵਾ ਪੰਜਾਬ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ। ਅੱਗੇ ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫਸਲਾਂ ਦੇ ਨਾਂ ਲਿਖੋ। ਕਣਕ, ਮੱਕੀ, ਝੋਨਾ, ਬਾਸਮਤੀ, ਆਲੂ, ਮਟਰ, ਸੂਰਜਮੁਖੀ, ਸਰੋਂ, ਤੋਰੀਆ ਆਦਿ। ਅੱਗੇ ਪ੍ਰਸ਼ਨ, ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ? ਉੱਤਰ, ਡੇਅਰੀ ਫਾਰਮਿੰਗ, ਮੱਛੀ ਪਾਲਣਾ, ਮੁਰਗੀ ਪਾਲਣਾ, ਖਰਗੋਸ਼ ਪਾਲਣਾ, ਸੂਰ ਪਾਲਣਾ, ਖੁੰਬਾਂ ਗਾਉਣੀਆਂ, ਸ਼ਹਿਦੀਆਂ ਮੱਖੀਆਂ ਪਾਲਣਾ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਆਦਿ। ਹਾਂ ਪਿਆਰੇ ਬੱਚਿਓ, ਸਾਰੇ ਪ੍ਰਸ਼ਨ ਯਾਦ ਵੀ ਕਰਨੇ ਹਨ ਅਤੇ ਆਪਣੀ ਨੋਟਬੁੱਕ 'ਤੇ ਵੀ ਉਤਾਰਨੇ ਹਨ। ਥੈਂਕ ਯੂ ਬੇਟਾ।